ਖੰਨਾ ਤੋਂ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਦੀ ਮੰਦੀ ਹਾਲਾਤ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਕਿਨਾਰੇ ਦੀ ਗੱਲ ਕੀਤੀ ਜਾਵੇ ਉਹ ਵੀ ਟੁੱਟੇ ਹੋਏ ਨੇ ਪਰ ਮੰਦੀ ਹਾਲਾਤ ਅਤੇ ਉਸ ਤੋਂ ਬਾਅਦ ਹੋਇਆ ਵਾਕਿਆ ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ। ਕਿਨਾਰੇ ਡਿਲੀਵਰੀ ਕਰਵਾਉਣੀ ਪਈ ਹੈ ਇੱਕ ਔਰਤ ਦੀ ਅਤੇ ਜਣੇ ਭੇਲੀ ਅਮਲੋਹ ਤੋਂ ਖੰਨਾ ਜਾ ਰਹੀ ਮਮਤਾ ਨਾਂ ਦੀ ਔਰਤ ਕਿਸ ਹਾਲਾਤ 'ਚ ਹੈ ਤਸਵੀਰਾਂ ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ। ਆਟੋ ਰਿਕਸ਼ਾ ਅਤੇ ਹਸਪਤਾਲ ਲਈ ਜਾ ਰਹੀ ਸੀ ਪਰ ਸੜਕ ਇੰਨੀ ਟੁੱਟੀ ਹੋਈ ਸੀ ਕਿ ਰਸਤੇ ਵਿੱਚ ਹੀ ਉਸਨੇ ਜਣੇਪਾ ਪੀੜਾ ਜਿਹੜਾ ਸੀ ਉਹਦਾ ਉਹ ਸ਼ੁਰੂ ਹੋ ਗਿਆ ਜਿਸ ਕਰਕੇ ਰਸਤੇ 'ਚ ਹੀ ਉਹਦੀ ਡਿਲੀਵਰੀ ਕਰਵਾਉਣੀ ਪਈ। ਮਮਤਾ ਨੂੰ ਸੜਕ ਕੰਢੇ ਹੀ ਲਿਟਾ ਕੇ ਉਸਦਾ ਜਣੇਪਾ ਕਰਨਾ ਪਿਆ ਅਤੇ ਮਮਤਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਹਾਲਾਂਕਿ ਸੜਕ ਤੋਂ ਲੰਘਦੇ ਲੋਕਾਂ ਨੇ ਮਹਿਲਾ ਦੀ ਹਾਲਤ ਦੇਖਦੇ 108 ਐਂਬੂਲੈਂਸ ਨੂੰ ਵੀ ਫੋਨ ਕੀਤਾ। ਐਂਬੂਲੈਂਸ ਕੁਝ ਹੀ ਸਮੇਂ ਬਾਅਦ ਮੌਕੇ 'ਤੇ ਪਹੁੰਚੀ ਵੀ ਪਰ ਤਦੋਂ ਤੱਕ ਇਹਦਾ ਜਣੇਪਾ ਹੋ ਚੁੱਕਿਆ ਸੀ। ਅਤੇ ਮੇਰੀ ਕੁੜੀ ਦੇ ਜਾਂਦੇ ਰਸਤੇ 'ਚ ਕੁੜੀ ਹੋ ਗਈ ਉਹਦੇ ਅਤੇ ਜਿਹੜੇ ਟੋਏ ਸੀ ਉਹਨਾਂ ਕਰਕੇ ਜਾਣੀ ਕਿ 7 ਮਹੀਨੇ ਦਾ ਹਰੇ 7 ਮਹੀਨੇ ਤੱਕ ਸੀ ਚੈੱਕ ਕਰਾਉਣ ਜਾ ਰਹੀ ਸੀ ਖੰਨੇ ਜਾ ਰਹੀ ਸੀ ਵਿਚਾੜੀ ਹੋ ਗਈ ਬਸ। ਸਰ ਆਪਾਂ ਨੂੰ ਕਾਲ ਆਈ ਸੀ ਇੱਕ ਕਿ ਅਮਲੋਹ ਰੋਡ 'ਤੇ ਨਾ ਕੋਈ ਡਿਲੀਵਰੀ ਕੇਸ ਸੜਕ ਦੇ ਉੱਪਰ ਆ ਅਤੇ ਆਪਾਂ ਉੱਥੇ ਜਾ ਕੇ ਦੇਖਿਆ ਜੀ ਫਿਰ ਉਹਨਾਂ ਦੀ ਡਿਲੀਵਰੀ ਬੱਚੇ ਦਾ ਹੈੱਡ ਬਾਹਰ ਆ ਚੁੱਕਿਆ ਜੀ। ਫਿਰ ਆਪਾਂ ਜਦੋਂ ਸੀਨ 'ਤੇ ਪਹੁੰਚੇ ਜੀ ਆਪਾਂ ਜਾ ਕੇ ਦੇਖਿਆ ਜੀ ਬੱਚੇ ਦਾ ਹੈੱਡ ਬਾਹਰ ਆ ਚੁੱਕਿਆ ਪਰ ਮੈਂ ਆਪਣੇ ਪਾਇਲਟ ਦੀ ਹੈਲਪ ਦੇ ਨਾਲ ਜੀ ਅਸੀਂ ਉਹਨਾਂ ਦੀ ਡਿਲੀਵਰੀ ਕਰਵਾ ਕੇ ਉਹਨਾਂ ਨੂੰ ਹੌਸਪਿਟਲ